ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਅਸੀਂ ਇੱਕ ਨਵੇਂ ਪਲਾਂਟ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਦੋਸਤੋ ਇਹ ਇੱਕ ਇਨਡੋਰ ਸਰਕੂਲੈਂਟ ਵੈਰਾਈਟੀ ਦਾ ਪਲਾਂਟ ਹੈ ਜਿਸ ਨੂੰ ਕਿ ਸਨੇਕ ਪਲਾਂਟ ਕਿਹਾ ਜਾਂਦਾ ਹੈ ਦੋਸਤੋ ਇਹ ਇੱਕ 24 ਘੰਟੇ ਆਕਸੀਜਨ ਦੇਣ ਵਾਲਾ ਪਲਾਂਟ ਹੈ ਜਿਸ ਨੂੰ ਕਿ NASA ਨੇ ਅਪਰੂਵਡ ਕੀਤਾ ਹੈ ਕਿ ਇਹ ਦਿਨ ਰਾਤ ਆਕਸੀਜਨ ਦਿੰਦਾ ਹੈ ਇਸੇ ਕਾਰਨ ਲੋਕ ਇਸ ਨੂੰ ਆਪਣੇ ਲਿਵਿੰਗ ਰੂਮ ਦੇ ਵਿੱਚ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਲਈ ਇਸ ਨੂੰ ਇਨਡੋਰ ਪਲਾਂਟ ਵੀ ਕਿਹਾ ਜਾਂਦਾ ਹੈ ਇਸ ਦੇ ਉੱਪਰ ਗੱਲ ਕਰਦੇ ਹਾਂ ਕਿ ਦੋਸਤੋ ਇਸ ਦੀ ਰੱਖ-ਰਖਾਵ ਜਾਂ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਦੋਸਤੋ ਇੱਕ ਤਾਂ ਤੁਸੀਂ ਇਸ ਨੂੰ ਸੈਮੀ ਸ਼ੇਡ ਏਰੀਆ ਵਿੱਚ ਰੱਖਣਾ ਇਨਡੋਰ ਵੀ ਤੁਸੀਂ ਇਸ ਨੂੰ ਅਜਿਹੀ ਜਗ੍ਹਾ ਦੇ ਵਿੱਚ ਰੱਖੋ ਜਿੱਥੇ ਕੀ ਸੂਰਜ ਦੀ ਸਿੱਧੀ ਰੋਸ਼ਨੀ ਆਉਂਦੀ ਹੋਵੇ ਤੇ ਨਾਲ ਹੀ ਦੋਸਤੋ ਜੇ ਗੱਲ ਕੀਤੀ ਜਾਵੇ ਇਸ ਦੇ ਖਾਦ ਦੀ ਤੇ ਦੋਸਤੋ ਇਸ ਨੂੰ ਬਹੁਤ ਜ਼ਿਆਦਾ ਖਾਦ ਦੀ ਫਰਟੀਲਾਈਜ਼ਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਬਸ ਤੁਸੀਂ ਇਸ ਨੂੰ ਪਾਣੀ ਉਸ ਟਾਈਮ ਦੇਣਾ ਹੈ ਜਦੋਂ ਕਿ ਇਸ ਦੇ ਮਿੱਟੀ ਐ ਚੰਗੀ ਤਰ੍ਹਾਂ ਸੁੱਕ ਜਾਵੇ। ਜਿਵੇਂ ਕਿ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੈਨੂੰ ਘੱਟੋ ਘੱਟ 10 ਦਿਨ ਹੋ ਚੁੱਕੇ ਹਨ ਇਸ ਨੂੰ ਪਾਣੀ ਦਿੱਤੇ ਹੋਏ। ਜੇ ਗੱਲ ਕਰੀਏ ਵੈਰਾਈਟੀ ਦੀ ਤੇ ਦੋਸਤੋ 70 ਪ੍ਰਕਾਰ ਦਾ ਸਨੇਕ ਪlant ਹੁੰਦਾ ਹੈ। ਇਕ ਤਾਂ ਤੁਸੀਂ ਦੇਖ ਸਕਦੇ ਹਨ ਇਹ ਜਿਸ ਦੇ ਸਾਈਡਾਂ ਦੇ ਉੱਤੇ ਪੀਲਾ ਤੇ ਵਿੱਚ ਹਰਾ ਹੈ ਇੱਕ ਇਹ ਟੋਟਲੀ ਹਰਾ ਮੇਰੇ ਕੋਲ ਦੋ ਤਰ੍ਹਾਂ ਦਾ ਇਸਨੇਕ ਪlant ਹੈ ਤੇ ਦੋਸਤੋ ਗੱਲ ਕੀਤੀ ਜਾਵੇ ਇਸ ਦੀ ਪ੍ਰੋਪਗੇਸ਼ਨ ਦੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਆਪਣੇ ਆਪ ਇੱਕ ਪlant ਤੋਂ ਹੋਰ ਛੋਟੇ-ਛੋਟੇ ਪlant ਨਿਕਲ ਰਹੇ ਹਨ ਤੇ ਜਦੋਂ ਵੀ ਤੁਸੀਂ ਇਸ ਨੂੰ ਰਿਪੋਰਟਿੰਗ ਕਰੋਗੇ ਤਾਂ ਇਸ ਪlant ਨੂੰ ਅਲੱਗ ਔਰ ਹੋਰ ਗਮਲੇ ਦੇ ਵਿੱਚ ਲਗਾ ਦਿਓ ਤੇ ਉਸ ਤੋਂ ਇੱਕ ਨਵਾਂ ਪਲਾਂਟ ਬਣ ਜਾਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਹੋਰ ਦੋ ਤਿੰਨ ਪਲਾਂਟ ਇੱਕੋ ਪਲਾਂਟ ਤੋਂ ਬਣਾਏ ਹਨ ਦੋਸਤੋ ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਪਲਾਂਟ ਦੇ ਨਾਲ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜੈ ਹਿੰਦ